ਸਾਡੀ ਤਾਲੀਮ ਦਾ ਮਿਆਰ ਇਹ ਹੈ ਕਿ ਅਸੀਂ ਇੰਗਲਿਸ਼ ਕਮੈਂਟ ਕਰਨ ਲੱਗ ਗਏ ਹਾਂ, ਲੇਕਿਨ ਸਾਡੀ ਤਰਬੀਅਤ ਦਾ ਇਹ ਮਿਆਰ ਹੈ ਕਿ ਉਹ ਕਮੈਂਟ ਜਿਹੜਾ ਵਾ ਕੋਈ ਚੰਗੀ ਗੱਲ ਨਹੀਂ ਹੁੰਦੀ, ਅਸੀਂ ਇੰਗਲਿਸ਼ ਗਾਲ ਲਿਖੀ ਹੁੰਦੀ ਹੈ। ਮੌਜੂ ਹੈ ਪੀਰ ਹੱਕ ਖਤੀਬ ਸਾਹਿਬ ਔਰ ਇਕਰਾਰੁਲ ਹਸਨ ਸਾਹਿਬ। ਇਹਨਾਂ ਨੇ ਇੱਕ ਜਿਹੜਾ ਪਿਛਲੇ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚਰਚਾ, ਇਹਦੀ ਹਕੀਕਤ ਕੀ ਹੈ ਔਰ ਅਸੀਂ ਸਾਦਾ ਲੋਕ ਇਹਦਾ ਸ਼ਿਕਾਰ ਕਿੱਦਾਂ ਹੋ ਜਾਂਦੇ ਹਾਂ ਔਰ ਸਾਡੀ ਅਖਲਾਕੀਆਤ ਕੀ ਨੇ, ਗੌਰ ਕਰਨਾ। ਪਹਿਲੀ ਗੱਲ ਤੇ ਲਾ ਲਓ ਕਿ ਮਸਲਾ ਸੱਚ ਹੈ ਕਿ ਉਹ ਪੀਰ ਜਾਲੀ ਹੈ, ਚਲੋ ਮੰਨ ਲਿਆ, ਲੇਕਿਨ ਮਸਲਾ ਹੈ ਕਿ ਇਕਰਾਰੁਲ ਹਸਨ ਸਾਹਿਬ ਨੂੰ ਮੈਂ ਪੁੱਛਦਾ ਕਿ ਜਨਾਬ ਤੁਹਾਡੀ ਕਮੀ ਰਹਿ ਗਈ ਸੀ ਸਾਨੂੰ ਵੰਡਣ ਦੇ ਵਿੱਚ। ਇਹ ਮੁਲਕ ਪਹਿਲੋਂ ਹੀ ਫਿਰਕਿਆਂ ਦੇ ਨਾਂ ਤੇ, ਲਿਸਾਨੀਅਤ ਦੇ ਨਾਂ ਤੇ, ਸਵਾਈਅਤ ਦੇ ਨਾਂ ਤੇ, ਸਿਆਸਤ ਦੇ ਨਾਂ ਤੇ ਅੱਗੇ ਬਿਖਰਿਆ ਪਿਆ ਆ। ਇਹਨੂੰ ਇਕੱਠਾ ਕਰਨ ਦੀ ਲੋੜ ਹੈ, ਸਾਨੂੰ ਪਿਆਰ ਮੁਹੱਬਤ ਵੰਡਣ ਦੀ ਲੋੜ ਹੈ, ਸਾਨੂੰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੀ ਲੋੜ ਹੈ। ਤੁਸੀਂ ਨਾਟੂ ਚ ਕਲੂ ਉਡਾ ਦਿੱਤਾ ਜਨਾਬ ਕਿ ਉਹ ਪੀਰ ਹੱਕ ਖਤੀਬ ਜਾਲੀ ਸੂਈਆਂ ਕੱਢਦਾ। ਅੱਛਾ ਮੰਨ ਲਿਆ ਜੀ ਕੱਢਦਾ, ਤੇਰੇ ਕਹਿਣ ਤੇ ਲੋਕ ਹੱਟ ਜਾਣਗੇ? ਸਵਾਲ ਹੈ ਨਾ, ਇਹ ਖੁਦ ਨੂੰ ਤੁਸੀਂ ਪੁੱਛੋ, ਕਿਆ ਇਕਰਾਰ ਦੇ ਕਰਨ ਦੇ ਨਾਲ ਹਟ ਜਾਣਗੇ? ਜਵਾਬ ਇਹ ਕਦੇ ਨਹੀਂ ਹਟਣਗੇ। ਕਿਆ ਪੀਰ ਸਾਹਿਬ ਦਮ ਕਰਨਾ ਬੰਦ ਕਰ ਦੇਣਗੇ? ਕਦੇ ਨਹੀਂ ਕਰਨਗੇ। ਤੇ ਫਿਰ ਰੌਲਾ ਹੈ ਕਿ ਵੀਡੀਓ ਕੀਤੀ ਕਿਉਂ? ਗੌਰ ਨਾਲ ਸਮਝ ਲਓ, ਯਾਦ ਕਰੋਗੇ ਇਨਸ਼ਾਅੱਲਾ। ਇਹ ਇੱਕ ਸਿਆਣਿਆਂ ਨੇ ਪੰਜਾਬੀ ਚ ਕਿਹਾ, ਖਾਨਾਂ ਦੇ ਖਾਨ ਪਰਾਉਣੇ। ਇਹ ਜਿੰਨੇ ਸਾਡੇ ਵੱਡੇ ਲੋਕ ਹੁੰਦੇ, ਨਾਸਰ ਮਦਨੀ ਦੀ ਤੇ ਪੀਰ ਹੱਕ ਖਤੀਬ ਦੀ ਲੜਾਈ ਹੋਈ ਸੀ ਪਿਛਲੇ ਦਿਨਾਂ ਚ, 2-2.5 ਮਹੀਨੇ ਰੱਜ ਕੇ ਵਿਊ ਲਏ ਦੋ ਘਰਾਂ ਨੇ, ਹਰ ਬੰਦੇ ਨੇ ਕਮਾਇਆ, ਹਰ ਬੰਦੇ ਨੇ ਵਿਊ ਲਏ, ਲੇਕਿਨ ਕੀਤਾ ਕੀ ਕਿ ਸਾਡੇ ਮੁਆਸ਼ਰੇ ਨੂੰ ਮੈਂ ਤੁਹਾਨੂੰ ਗਾਲਾਂ ਕੱਢਣ ਡਿਆ, ਤੁਸੀਂ ਮੈਨੂੰ ਗਾਲਾਂ ਕੱਢਣ ਡੇ, ਕਿਉਂਕਿ ਨਾਸਰ ਮਦਨੀ ਭਾਬੀ ਸੀਗਾ ਤੇ ਹੱਕ ਖਤੀਬ ਸਾਹਿਬ ਬਰੇਲਵੀ ਸੀਗੇ। ਦੋਨਾਂ ਦੇ ਫਿਰਕਿਆਂ ਦੇ ਮੰਨਣ ਵਾਲੇ ਲੋਕ ਆਪਸ ਦੇ ਵਿੱਚ ਦਸਤੋ ਗਿਰੇਬਾਨ ਔਰ ਗਾਲੀ ਗਲੋਚ ਹੋ ਰਹੇ ਨੇ। ਤੇ ਐਂਡ ਕੀ ਹੋਇਆ, ਫਿਰ ਇੱਕ ਖਬਰ ਚੱਲੀ ਮਹੀਨੇ ਕੁ ਬਾਅਦ ਜਦੋਂ ਵਿਊ ਡਾਊਨ ਹੋਣ ਲੱਗੇ ਕਿ ਜਨਾਬ ਉਹਨੂੰ ਫੜ ਕੇ ਨਾਸਰ ਮਦਨੀ ਨੂੰ ਤੇ ਪੀਰ ਹੱਕ ਖਤੀਬ ਦੇ ਮਰੀਦਾਂ ਨੇ ਕੁੱਟ ਦਿੱਤਾ, ਉਹ ਨਿਸ਼ਾਨ ਵੀ ਲੱਕ ਚ ਵਿਖਾਉਣ। ਮੈਨੂੰ ਇਹ ਦੱਸੋ, ਜਿਹੜੇ ਬੰਦੇ ਨੂੰ ਜੋ ਪੈਪਾ ਨਾ ਕੁੱਟਿਆ ਹੋਵੇ ਉਹ ਅਗਲੇ ਦਿਨ 2.5 ਘੰਟੇ ਦੀ ਤਕਰੀਰ ਕਰ ਸਕਦਾ? ਉਹ ਤਾਂ ਤੇਲ ਹਲਦੀ ਪੀਂਦਾ, ਉਹ ਤਾਂ ਥੱਲੇ ਕੋਲੇ ਪਾਉਣੇ ਪੈਂਦੇ, ਉਹ ਬੰਦੇ ਕੋਲ ਤਾਂ ਹਿੱਲਿਆ ਨਹੀਂ ਜਾਂਦਾ ਜਿਹਨੂੰ ਪੈਪ ਪਿਰਿਆ ਹੋਵੇ। ਹੁਣ ਹਕੀਕਤ ਕੀ ਸੀ? ਫਿਰ ਇੱਕ ਨਵਾਂ ਸਟੰਟ, ਫਿਰ ਇੱਕ ਨਵਾਂ ਡਰਾਮਾ। ਐਂਡ ਕੀ ਹੋਇਆ ਕਿ ਖਬਰ ਚੱਲੀ ਕਿ ਸੁਲਾਹ ਹੋ ਗਈ, ਫਿਰ ਵਿਊਜ਼ ਚੜ ਗਏ, ਫਿਰ ਲੋਕ ਵੇਖਣ ਲੱਗ ਪਏ। ਜਦੋਂ ਉਹ ਹੋਇਆ ਤਾਂ ਫਿਰ ਮੈਂ ਦੋਵਾਂ ਦੇ ਬਿਆਨ ਸੁਣੇ, ਉਹ ਉਹਨੂੰ ਆਪਣਾ ਛੋਟਾ ਭਰਾ ਕਹਿਣ ਡਿਆ, ਉਹ ਉਹਨੂੰ ਆਪਣਾ ਛੋਟਾ ਭਰਾ ਕਹਿਣ ਡਿਆ, ਬਈ ਤੁਸੀਂ ਤਾਂ ਹੋ ਗਏ ਭਰਾ ਤੇ ਅਸੀਂ ਮੂਰਖ, ਅਸੀਂ ਬੇਵਕੂਫ, ਮੈਂ ਤੁਸੀਂ ਸਾਰੇ, ਅਸੀਂ ਕੀ ਹੋਏ? ਅਸੀਂ ਇੱਕ ਦੂਸਰੇ ਤੋਂ ਮਾਫੀ ਮੰਗੀ ਗਾਲਾਂ ਕੱਢਣ ਦੀ। ਅਸਲ ਹਕੀਕਤ ਇਹ ਹੈ ਕਿ ਜਿੰਨੇ ਸਾਡੇ ਬੜੇ ਯੂਟਿਊਬਰ ਨੇ ਜਾਂ ਜਿੰਨੇ ਸਾਡੇ ਮਸ਼ਹੂਰ ਲੋਕ ਨੇ, ਇਹਨਾਂ ਨੂੰ ਫੇਮ ਚਾਹੀਦੀ ਹੈ, ਇਹਨਾਂ ਨੂੰ ਮਸ਼ਹੂਰੀ ਚਾਹੀਦੀ ਹੈ।